ਆਪਾਂ ਲੈ ਕੇ ਆਉਣਾ ਇੱਕ ਨਵਾਂ ਬਾਈਕ, ਆਪਣੇ ਕੋਲ ਦੋ ਆਪਸ਼ਨਾਂ ਇੱਕ। ਹਾਂਜੀ ਤੇ ਮਿੱਤਰੋ, ਪਹਿਲਾਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਸਾਰਿਆਂ ਨੇ, ਘੈਂਟ ਹੋ। ਕਈ ਬਾਈਆਂ ਦੇ ਕਮੈਂਟ ਆ ਰਹੇ ਸੀਗੇ ਬਈ ਆਪਾਂ ਆਪਣੇ ਬੁਲਟ ਦੇ ਵਿੱਚ ਕਿਹੜਾ ਹੈਂਡਲ ਪਵਾਇਆ ਗਾ ਤੇ ਆਪਾਂ ਕਿੱਥੋਂ ਪਵਾਇਆ, ਕਿੰਨੇ ਦਾ ਪਵਾਇਆ, ਇਹਦਾ ਨਾਮ ਕੀ ਹੈ ਹੈਂਡਲ ਦਾ, ਉਸੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਤੇ ਪਹਿਲਾਂ ਤੁਸੀਂ ਸਾਡੇ ਬਾਈਕ ਦੇ ਹੈਂਡਲ ਦੀ ਲੁੱਕ ਚੈੱਕ ਕਰ ਲਓ ਬਈ, ਇਹ ਬੁਲਟ ਦੇ ਵਿੱਚ ਕਿੱਦਾਂ ਦਾ ਲੱਗਦਾ ਹੈਂਡਲ ਪਾਇਆ ਹੋਇਆ। ਤੇ ਪਹਿਲਾਂ ਉੱਪਰ ਦਿਖਾ, ਸਾਈਡ ਮਾਨ ਇਹਦਾ ਉੱਪਰ ਦਿਖਾ, ਪਹਿਲਾਂ ਚੈੱਕ ਕਰੋ ਲੁੱਕ ਆਪਣੇ ਹੈਂਡਲ ਦੀ। ਤੇ ਮਿੱਤਰੋ ਹੁਣ ਆਪਾਂ ਗੱਲ ਕਰਦੇ ਹਾਂ ਇਹ ਆਪਾਂ ਨੇ ਕਿਹੜਾ ਹੈਂਡਲ ਪਵਾਇਆ ਵਾ ਆਪਣੇ ਬਾਈਕ ਦੇ ਵਿੱਚ। ਇਹ ਹੈਗਾ ਯਾਮਾ 350, ਜਿਹੜਾ ਬਾਈਕ ਆਉਂਦਾ ਨਾ ਉਸ ਬਾਈਕ ਦਾ ਇਹ ਹੈਂਡਲ ਹੈਗਾ। ਅਤੇ ਆਪਾਂ ਜੋ ਪਵਾਇਆ ਸੀਗਾ ਜਿਰਗਪੁਰ ਦੇ ਵਿੱਚੋਂ, ਇਹਦਾ ਪ੍ਰਾਈਸ ਸੀਗਾ 450 ਰੁਪਏ ਦੇ ਲਗਭਗ ਸੀਗਾ, ਅਤੇ ਜਾਂ 500 ਰੁਪਏ ਦੇ ਲਗਭਗ ਲਾ ਲਓ ਤੁਸੀਂ। 500 ਰੁਪਏ ਦੇ ਵਿੱਚ ਆਪਣਾ ਹੈਂਡਲ ਸੀਗਾ ਸਾਰਾ ਪ੍ਰੋਪਰ। ਇਹ ਹੈਗਾ ਨਾਲੇ ਲੌਂਗ ਹੈਂਡਲ, ਅਤੇ ਕਈ ਜਣੇ ਕਹਿੰਦੇ ਇਹਦੇ ਵਿੱਚ ਬਹੁਤ ਸ਼ੋਰਟ ਹੈਂਡਲ ਆ, ਮਤਲਬ ਕਿ ਸ਼ੋਰਟ ਹੈਂਡਲ ਇਹਦੇ ਵਿੱਚ ਕੰਫਰਟੇਬਲ ਰਹਿੰਦਾ ਗਾ, ਉਹ ਰਹਿੰਦਾ ਗਾ। ਪਰ ਇਹਦੇ ਵਿੱਚ ਇਹ ਵਾਲਾ ਯਾਮਾ 350 ਦਾ ਹੈਂਡਲ ਬੜਾ ਘੈਂਟ ਹੈਗਾ ਅਤੇ ਕੰਫਰਟੇਬਲ ਹੈਂਡਲ ਹੈਗਾ। ਪਹਿਲਾਂ ਲੁੱਕ ਚੈੱਕ ਕਰ ਲਓ ਦੁਬਾਰਾ ਫਿਰ ਇੱਕ ਵਾਰੀ। ਅਤੇ ਦੂਜੀ ਗੱਲ ਆਪਾਂ ਗੱਲ ਕਰਦੇ ਹਾਂ ਬਈ, ਕਈ ਕਹਿੰਦੇ ਨੇ ਨਾ ਬਈ ਆਪਾਂ ਜੇ ਆਪਾਂ ਯਾਮੇ ਵਾਲਾ ਹੈਂਡਲ ਪਵਾਉਂਗੇ ਇਹਦੀ ਤਾਰਾਂ ਦੇ ਵਿੱਚ ਖਿੱਚ ਪਊਗੀ, ਉਹ ਵੀ ਤੁਸੀਂ ਚੈੱਕ ਕਰੋ ਵੀ ਕਿਹੜੀ ਤਾਰ ਦੇ ਵਿੱਚ ਖਿੱਚ ਪਈ ਵੀ ਕਿਹੜੇ ਦੇ ਵਿੱਚ ਨਹੀਂ। ਸਾਰੀਆਂ ਕੰਫਰਟੇਬਲ ਤਾਰਾਂ, ਸਾਰੀਆਂ ਢਿੱਲੀਆਂ ਤਾਰਾਂ ਪਈਆਂ, ਕੋਈ ਚੱਕਰ ਵਾਲੀ ਦਿੱਕਤ ਨਹੀਂ ਹੈਗੀ। ਆਪਾਂ ਨੂੰ ਇਹ ਹੈਂਡਲ ਪਵਾਏ ਨੂੰ ਨਾ 6 ਮਹੀਨੇ ਤੋਂ ਵੀ ਜ਼ਿਆਦਾ ਹੈਂਡਲ ਨੂੰ ਹੋ ਗਏ ਆਪਾਂ ਇਸ ਬਾਈਕ ਦੇ ਵਿੱਚ ਪਵਾਏ ਨੂੰ, ਅਤੇ ਸਾਨੂੰ ਅੱਜ ਤੱਕ ਕੋਈ ਦਿੱਕਤ ਨਹੀਂ ਆਈ, ਕੋਈ ਇਹਦੇ ਵਿੱਚ ਤਾਰ ਵਗੈਰਾ ਖਿੱਚ ਨਹੀਂ ਪੈਂਦੀ, ਕੋਈ ਕੁਛ ਨਹੀਂ ਹੈਗਾ, ਅਤੇ ਕੰਫਰਟੇਬਲ ਹੈਂਡਲ ਹੈਗਾ। ਅਤੇ ਹਾਂਜੀ ਮਿੱਤਰੋ ਹੁਣ ਆਪਾਂ ਗੱਲ ਕਰਦੇ ਹਾਂ ਇਹਦੀ ਫਿਟਿੰਗ ਦੀ। ਬਈ ਇਹ ਫਿਟਿੰਗ ਆਰਾਮ ਨਾਲ ਹੁੰਦਾ ਕਿ ਇਹਦੇ ਵਿੱਚ ਕੋਈ ਮੁਸ਼ਕਲ ਕਰਨੀ ਪੈਂਦੀ ਹੈ, ਹੁਣ ਉਹਦੀ ਆਪਾਂ ਗੱਲ ਕਰਦੇ ਹਾਂ। ਇਹ ਆਪਣੇ ਬਾਈਕ ਦੇ ਵਿੱਚ ਜਿਹੜਾ ਬੁਲਟ 350 ਨਵੇਂ ਮਾਡਲ ਵਾਲੇ ਦੇ ਵਿੱਚ ਆਰਾਮ ਨਾਲ ਡਾਇਰੈਕਟ ਫਿੱਟ ਹੁੰਦਾ ਗਾ, ਕੋਈ ਇਹਦੇ ਵਿੱਚ ਦਿੱਕਤ ਨਹੀਂ ਆਉਂਦੀ। ਜਿਹੜਾ ਨਵਾਂ ਮਤਲਬ ਕੰਪਨੀ ਵਾਲਾ ਹੈਂਡਲ ਹੈ ਆਪਾਂ ਕੱਢਿਆ ਅਤੇ ਰੱਖਦਾ ਫਿੱਟ ਹੋ ਗਿਆ, ਕੋਈ ਦਿੱਕਤ ਨਹੀਂ ਹੈਗੀ। ਸਿਰਫ ਇਹਦੇ ਵਿੱਚ ਇੱਕ ਇੱਥੇ ਹੋਲ ਨਿਕਲਣਾ, ਮਤਲਬ ਗਲੀ ਨਿਕਲਣੀ, ਇੱਕ ਇੱਧਰ, ਹੋਰ ਕੋਈ ਦਿੱਕਤ ਨਹੀਂ ਹੈਗੀ, ਹੋਰ ਕੁਝ ਨਹੀਂ ਆਉਂਦਾ, ਤਾਰਾਂ ਵਗੈਰਾ ਸਭ ਪ੍ਰੋਪਰ ਹੈਗੇ। ਹੋਲ ਵੀ ਇਸ ਮਾਂ ਨਿਕਲੂਗਾ, ਪੈਪ ਮਾਂ ਇਸ ਮਾਂ ਨਹੀਂ ਨਿਕਲਦਾ, ਬਾਕੀ ਮਿੱਤਰ ਹਾਂ ਹੋਲ ਹੀ ਨਹੀਂ ਪੈਪ ਦੇ ਵਿੱਚ ਨਿਕਲੂਗਾ, ਉਹ ਵੀ ਇਹਨਾਂ ਨੂੰ ਜਿਹੜਾ ਫਿਕਸ ਕਰਨ ਵਾਸਤੇ ਤਾਂ ਕਿ ਹਿੱਲੇ ਨਾ, ਬਾਕੀ ਚੈੱਕ ਕਰ ਲਓ ਪ੍ਰੋਪਰ ਫਿਟਿੰਗ। ਅਤੇ ਬਾਕੀ ਮਿੱਤਰ ਆਪਾਂ ਗਰੀਪਾਂ ਵਗੈਰਾ ਇਹਦੀਆਂ ਚੇਂਜ ਨਹੀਂ ਕਰਾਈਆਂ, ਉਹ ਹੈਗੀਆਂ ਕੰਪਨੀ ਵਾਲੀਆਂ, ਵੇਟ ਵੂਟ ਜਿਹੜਾ ਹੁੰਦਾ ਆਪਾਂ ਵਿੱਚ ਰਖਾਇਆ ਵਾ। ਪਰ ਇਹਦੇ ਵਿੱਚ ਇੱਕ ਦਿੱਕਤ ਆਉਂਦੀ ਹੈ, ਹੋਰ ਕੋਈ ਦਿੱਕਤ ਨਹੀਂ ਆਉਂਦੀ, ਉਹ ਆਉਂਦੀ ਹੈ ਸਾਈਡ ਦੇ ਵਿੱਚ ਆਹ ਵਾਲਾ, ਇਹਦੇ ਵਿੱਚ ਫਿੱਟ ਨਹੀਂ ਆਉਂਦੇ, ਇਹ ਨਟ ਰਹਿ ਜਾਂਦੇ ਨੇ ਬਾਹਰ। ਚੈੱਕ ਕਰ ਲਓ ਇਹਨੂੰ 1xm ਕਰਕੇ ਫਿਰ ਦਿਖਾ, ਆਹ ਜਿਹੜਾ ਨਟ ਹੈਗਾ ਨਾ ਆ ਰਹਿ ਜਾਂਦੇ ਬਾਹਰ, ਤਾਂ ਥੋੜ੍ਹੇ ਥੋੜ੍ਹੇ ਜਿਹੇ ਨੇ ਇਹ, ਥੋੜ੍ਹੇ ਥੋੜ੍ਹੇ ਵੈਸੇ ਠੀਕ ਹੀ ਲੱਗਦੇ ਆ, ਬਾਕੀ ਕੋਈ ਚੱਕਰ ਨਹੀਂ ਹੈਗਾ ਇਹਦਾ, ਵੀ ਇੰਨਾ ਪਤਾ ਚੱਲਦਾ ਨਹੀਂ ਹੈ, ਦੂਰ ਤੋਂ ਨਹੀਂ ਪਤਾ ਚੱਲਦਾ, ਦੂਰ ਤੋਂ ਇੰਨਾ ਪਤਾ ਲੱਗਦਾ ਨਹੀਂ ਹੈਗਾ। ਬਾਕੀ ਓਕੇ ਆ ਰਿਪੋਰਟ, ਕੈਂਟ ਹੈਂਡਲ ਹੈਗਾ ਪੂਰੀ ਓਕੇ ਰਿਪੋਰਟ। ਬਾਕੀ ਮੈਂ ਕਈ ਬਾਈਆਂ ਦੀ ਹੋਰ ਵੀਡੀਓ ਵਗੈਰਾ ਦੇਖੀਆਂ ਗਈਆਂ ਜਿਨ੍ਹਾਂ ਨੇ ਸ਼ੋਰਟ ਹੈਂਡਲ ਪਵਾਇਆ ਨਵੇਂ ਮਾਡਲ ਦੇ ਵਿੱਚ, ਉਹਨਾਂ ਉਸ ਬਾਰੇ ਆਪਾਂ ਗੱਲ ਕਰਦੇ ਹਾਂ ਬਾਈ। ਦੇ ਵਿੱਚ ਇੱਕ ਕਹਿੰਦੇ ਆ ਉਹ ਲੌਂਗ ਹੈਂਡਲ ਨਹੀਂ ਪੈਂਦਾ ਨਵੇਂ ਮਾਡਲ ਦੇ ਵਿੱਚ, ਇਹਦੀ ਤਾਰਾਂ ਵਗੈਰਾ ਖਿੱਚ ਪੈਂਦੀ ਹੈ। ਘੱਟੋ ਘੱਟ ਨੇ 6 ਮਹੀਨੇ ਤੋਂ ਵੀ ਜ਼ਿਆਦਾ ਹੋ ਗਿਆ ਹੈਂਡਲ ਪਵਾਏ ਨੂੰ ਆਪਣੇ ਬਾਈਕ ਦੇ ਵਿੱਚ, ਕੋਈ ਪ੍ਰੋਬਲਮ ਨਹੀਂ ਆਈ, ਚੈੱਕ ਕਰ ਲਓ ਚਾਹੇ ਕੋਈ ਦਿੱਕਤ ਨਹੀਂ ਹੈਗੀ, ਵਧੀਆ ਹੈਂਡਲ ਹੈ, ਕੰਫਰਟੇਬਲ ਹੈਂਡਲ ਹੈਗਾ। ਬਾਕੀ ਆਪਾਂ ਨੇ ਜਿਹੜੀ ਚੀਜ਼ ਆਪਾਂ ਪਵਾਈ ਹੈ ਉਸੇ ਬਾਰੇ ਆਪਾਂ ਗੱਲ ਕਰ ਦਿਆਂਗੇ। ਆਪਾਂ ਨੇ ਸ਼ੋਰਟ ਹੈਂਡਲ ਨਹੀਂ ਪਵਾਇਆ, ਆਪਾਂ ਨੂੰ ਉਸ ਬਾਰੇ ਪਤਾ ਨਹੀਂ ਹੈਗਾ, ਨਾ ਆਪਾਂ ਨੂੰ ਕੋਈ ਰਿਵਿਊ ਪਤਾ ਉਹ ਕਿਹੋ ਜਿਹਾ ਹੈਂਡਲ ਹੈ ਕਿਹੋ ਜਿਹਾ ਨਹੀਂ। ਆਪਾਂ ਨੇ ਲੌਂਗ ਹੈਂਡਲ ਪਵਾਏਗਾ, ਉਸ ਬਾਰੇ ਆਪਾਂ ਨੂੰ ਸਭ ਕੁਝ ਪਤਾ ਹੈਗਾ। ਜੇ ਤੁਸੀਂ ਕੁਝ ਵੀ ਪੁੱਛਣਾ ਇਸ ਬਾਰੇ ਤਾਂ ਸਾਨੂੰ ਕਮੈਂਟ ਕਰ ਦਿਓ। ਮਿੱਤਰੋ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਰਾਈਡਿੰਗ ਕਰਕੇ ਕਿੱਦਾਂ ਦਾ ਲੱਗਦਾ ਇਹ ਹੈਂਡਲ, ਯਾਮਾ 350 ਵਾਲਾ ਹੈਂਡਲ, ਠੀਕ ਹੈ ਜੀ। ਪਹਿਲਾਂ ਤਾਂ ਉੱਪਰ ਚਾਬੀ ਕਰਤੀ ਔਨ, ਪਹਿਲਾਂ ਮੈਂ ਗੇੜਾ ਕੱਢਗਾ ਮਾ ਜੇ ਤੋਂ ਕੋਈ ਗੇੜਾ ਕੱਢੂਗਾ, ਉਹ ਨਹੀਂ ਨਹੀਂ ਹਾਂ ਫਿਰ ਮੈਨੂੰ ਬੈਠਿਆ ਪਤਾ ਲੱਗੂ ਮੈਂ ਕਿਤਨਾ ਬੈਠਿਆ। ਚੱਲ ਫਿਰ ਜਾ, ਬਾਏ ਬਾਏ ਮਿੱਤਰੋ।
ਅੱਛਾ ਹੁਣ ਤੁਸੀਂ ਨੇ ਵੀਡੀਓ ਦੇ ਵਿੱਚ ਦੇਖ ਵੀ ਲਿਆ ਹੋਣਾ ਮੈਂ ਉੱਥੋਂ ਯੂ ਟਰਨ ਮਾਰਿਆ ਉਹ ਗੱਲ ਵੱਖਰੀ ਹੈ ਮੈਂ ਗਿਰਨ ਲੱਗਿਆ ਤਾਂ ਬਟ ਆਰਾਮ ਨਾਲ ਮੁੜ ਜਾਂਦਾ ਹੈਂਡਲ ਜੇ ਆਪਾਂ ਨੇ ਯੂ ਟਰਨ ਵੀ ਮਾਰਨਾ ਹੋਵੇ ਓਕੇ ਬਾਲ ਨਾਮ ਹੈ ਮੰਦਰਾਂ ਨਾਲ ਥੋੜੀ ਮਿਲਦੇ ਨੇ ਬਹੁਤ ਖਰਚਦੇ ਪੈਂਦੇ ਨੇ ਫਿਟਿੰਗ ਵੀ ਆਪਾਂ ਤੁਹਾਨੂੰ ਦੱਸਦੀ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਸਿਰਫ ਇੱਧਰ ਗਲੀ ਨਿਕਲਣੀ ਇੱਕ ਇੱਧਰ ਗਲੀ ਨਿਕਲਣੀ ਉਹ ਵੀ ਹੈਂਡਲ ਦੇ ਵਿੱਚ ਨਿਕਲਣੀ ਹੈਗੀ ਇਹਨਾਂ ਦੇ ਵਿੱਚ ਨੇ ਉਹ ਵੀ ਇਹਨਾਂ ਨੂੰ ਫਿੱਟ ਕਰਨ ਦੇ ਲਈ ਹੋਰ ਕੋਈ ਗਲੀ ਨਿਕਲਣੀ ਦੇ ਵਿੱਚ ਬਾਕੀ ਤਾਂ ਘੈਂਟ ਆ ਓਕੇ ਰਿਪੋਰਟ ਹੈ ਅਤੇ ਬਾਕੀ ਮਿੱਤਰੋ ਸ਼ਾਮ ਹੋ ਗਿਆ ਮੌਸਮ ਹੋ ਗਿਆ ਘੈਂਟ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਕਰ ਦਿਓ ਸਬਸਕ੍ਰਾਈਬ ਇੱਦਾਂ ਦੀਆਂ ਘੈਂਟ ਘੈਂਟ ਵੀਡੀਓ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਅਤੇ ਬਾਕੀ ਮਿੱਤਰੋ ਕਿਵੇਂ ਲੱਗੀ ਵੀਡੀਓ ਉਹ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਬਾਕੀ ਮਿੱਤਰੋ ਇੱਕ ਚੀਜ਼ ਹੋਰ ਆਪਾਂ ਲੈ ਕੇ ਆਉਣਾ ਇੱਕ ਨਵਾਂ ਬਾਈਕ ਆਪਣੇ ਕੋਲ ਦੋ ਆਪਸ਼ਨਾਂ ਇੱਕ ਸਪਲੈਂਡਰ ਇੱਕ ਯਾਮਾ ਸਾਨੂੰ ਕਿਹੜਾ ਬਾਈਕ ਲੈਣਾ ਚਾਹੀਦਾ ਅਤੇ ਬਾਕੀ ਮੈਂ ਦੱਸਿਓ ਸਾਨੂੰ ਜ਼ਰੂਰ ਆਪਾਂ ਨੂੰ ਕਿਹੜਾ ਬਾਈਕ ਲੈਣਾ ਚਾਹੀਦਾ ਦੋਨਾਂ ਵਿੱਚੋਂ ਯਾਮਾ ਲੈਣਾ ਚਾਹੀਦਾ ਜਾਂ ਸਪਲੈਂਡਰ ਲੈਣਾ ਚਾਹੀਦਾ ਕਿਹੜਾ ਬਾਈਕ ਲੈਣਾ ਚਾਹੀਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇੱਕ ਗੱਲ ਹੋਰ ਜੇ ਕਿਸੇ ਕੋਲ ਸੈਕਿੰਡ ਹੈਂਡ ਖੜਿਆ ਨਾ ਯਾਮਾ ਵੀ ਅਤੇ ਸਪਲੈਂਡਰ ਵੀ ਸਾਡੀਆਂ ਇੰਸਟਾਗ੍ਰਾਮ ਆਈਡੀਆਂ ਦੀਆਂ ਹੋਊਗੀਆਂ ਸਾਨੂੰ ਉਹਦੇ ਪ੍ਰਾਈਜ਼ ਅਤੇ ਫੋਟੋਆਂ ਸੈਂਡ ਕਰ ਦਿਓ ਸਾਨੂੰ ਉਸ ਬਾਰੇ ਆਪਾਂ ਗੱਲ ਕਰ ਲਾਂਗੇ ਜੇ ਕਿਸੇ ਕੋਲ ਖੜਿਆ ਗਾ ਸਪਲੈਂਡਰ ਹਰ ਯਾਮਾ ਵਧੀਆ ਕੰਡੀਸ਼ਨ ਆ ਬਾਕੀ ਆਪਾਂ ਪ੍ਰਾਈਜ਼ ਵਗੈਰਾ ਦੀ ਆਪਾਂ ਗੱਲ ਕਰ ਲਾਂਗੇ ਅਤੇ ਆਪਾਂ ਮਿਲਦੇ ਸਾਨੂੰ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਇੰਸਟਾਗ੍ਰਾਮ 'ਤੇ ਵੀ ਆਪਾਂ ਨੂੰ ਫੋਲੋ ਕਰ ਲਿਓ ਆਈਡੀਆਂ ਆਉਂਦੀਆਂ ਹੋਊਗੀਆਂ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ